ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਜੇਕਰ ਕੋਈ ਵੀ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ। ਨਾਭਾ ਬਲਾਕ ਦੇ ਪਿੰਡ ਧਾਰੋਕੀ ਤੋਂ ਵੱਡਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਪਿੰਡ ਦੇ ਨੰਬਰਦਾਰ ਕਰਨੈਲ ਸਿੰਘ ਦੇ ਵੱਲੋਂ ਹੀ ਆਪਣੀ ਜ਼ਮੀਨ ਦੇ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ, ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਦੀ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੀ ਸਾਰੀ ਜਾਣਕਾਰੀ SDM ਤਰਸੇਮ ਚੰਦ ਦੇ ਵੱਲੋਂ ਦੀ ਸਾਂਝੀ ਕੀਤੀ ਗਈ ਆ। ਇਸ ਤਰ੍ਹਾਂ ਜੀ ਵੀ ਪੰਜਾਬ ਸਰਕਾਰ ਦੇ ਹੁਕਮ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ, ਵੈਸੇ ਵੀ ਸਾਡਾ ਫਰਜ਼ ਬਣਦਾ ਹੈਗਾ। ਐਂਡ ਜਿਹੜੇ ਧਾਰੋਕੀ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਖੁਦ ਹੋਰ ਕਿਸਾਨ ਵੀ ਸੀਗੇ ਐਂਡ ਉਹਨਾਂ ਦੀ ਖੁਦ ਦੀ ਜ਼ਮੀਨ ਵੀ ਸੀ ਅਤੇ ਉਹਨਾਂ ਨੇ ਖੁਦ ਦੀ ਜ਼ਮੀਨ ਦੇ ਵਿੱਚ ਹੀ ਅੱਗ ਲੱਗੀ ਹੈ ਅਤੇ ਜੇ ਨੰਬਰਦਾਰ ਇੱਕ ਜ਼ਿੰਮੇਵਾਰ ਅਹੁਦੇ 'ਤੇ ਹੁੰਦੇ ਹੋਏ ਇਸ ਤਰ੍ਹਾਂ ਦੀ ਗੱਲ ਕਰੇਗਾ ਤਾਂ ਜੀ ਕਾਰਵਾਈ ਤਾਂ ਹੋਏਗੀ ਜੀ, ਐਂਡ ਰਾਈਟਲੀ ਉਹ ਸਸਪੈਂਡ ਕੀਤੇ ਨੇ ਜੀ। ਹੁਣ ਕੀ ਇਸ ਤੋਂ ਬਾਅਦ ਕੀ? ਦੇਖੋ ਜੀ, ਸਾਨੂੰ ਪਤਾ ਹੈ ਵੀ ਵਾਤਾਵਰਨ ਜਿਹੜਾ ਹੈਗਾ ਨਾ ਜੀ ਪਰਾਲੀ ਸਾੜਨ ਨਾਲ ਖਰਾਬ ਹੁੰਦਾ। ਆਪਾਂ ਇਹ ਵੀ ਜਾਣਦੇ ਹਾਂ ਵੀ ਵਰਲਡ ਬੈਂਕ ਬਹੁਤ ਸਾਰੀਆਂ ਜਿਹੜੀਆਂ ਸਬਸਿਡੀਆਂ ਭਾਰਤ ਸਰਕਾਰ ਨੂੰ ਦਿੰਦਾ ਅਤੇ ਉਹਨਾਂ ਸਬਸਿਡੀਆਂ ਦੇ ਵਿੱਚ ਉਸ ਰਾਜਾਂ ਨੂੰ ਵੀ ਹਿੱਸਾ ਮਿਲਦਾ ਹੈਗਾ। ਅਤੇ ਜੇਕਰ ਅਸੀਂ ਵਰਲਡ ਬੈਂਕ ਇਹ ਵੀ ਕਹਿੰਦੇ ਨੇ ਵੀ ਵਾਤਾਵਰਨ ਪ੍ਰਤੀ ਤੁਸੀਂ ਸੁਚੇਤ ਹੋ, ਜੇ ਅਸੀਂ ਇਸ ਤਰ੍ਹਾਂ ਹੀ ਪਰਾਲੀ ਨੂੰ ਸਾੜਦੇ ਰਹੇ ਤਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਬਸਿਡੀਆਂ ਵਰਲਡ ਬੈਂਕ ਬੰਦ ਕਰੇਗਾ ਤਾਂ ਉਹਦਾ ਅਸਰ ਸਾਡੇ 'ਤੇ ਹੋਣਾ ਅਤੇ ਬਹੁਤ ਸਾਰੀਆਂ ਸਹੂਲਤਾਂ ਜੋ ਕਿਸਾਨਾਂ ਨੂੰ ਮਿਲ ਰਹੀਆਂ ਨੇ, ਸਬਸਿਡੀਆਂ ਮਿਲ ਰਹੀਆਂ ਨੇ, ਫਿਰ ਉਹ ਬੰਦ ਹੋਣ ਦਾ ਖਦਸ਼ਾ ਤਾਂ ਹੋਏਗਾ ਜੀ, ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ। ਵੈਸੇ ਵੀ ਪੰਜਾਬ ਸੁਪਰੀਮ ਕੋਰਟ ਅਤੇ NGT ਦੀਆਂ ਸਖਤ ਹਦਾਇਤਾਂ ਨੇ, ਸਾਡੇ ਬਾਬਾ ਨਾਨਕ ਜੀ ਨੇ ਵੀ ਜਿਵੇਂ ਕਿਹਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਅਸੀਂ ਬਾਬਾ ਜੀ ਦੇ ਜਿਹੜੇ ਸ਼ਬਦ ਨੇ, ਬਾਬਾ ਜੀ ਦੇ ਜਿਹੜੇ ਪ੍ਰਵਚਨ ਉਚਾਰੇ ਹੋਏ ਨੇ ਅਤੇ ਸਾਨੂੰ ਉਹਨਾਂ 'ਤੇ ਪਹਿਰਾ ਦੇਣਾ ਚਾਹੀਦਾ ਜੀ। ਅਤੇ ਹੋਰ ਕੀ ਹਦਾਇਤਾਂ ਨੇ ਜਿਵੇਂ ਫਸਲ ਵਾਲਾ ਸੰਸ, ਹੋਰ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ? ਦੇਖੋ ਇਸ ਤਰ੍ਹਾਂ ਹੈਗਾ, DC ਸਾਹਿਬ ਮਾਨਯੋਗ DC ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਲਿਖਤੀ ਜਾਰੀ ਹਦਾਇਤਾਂ ਹੋਈਆਂ ਵੀ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਦਾ ਜਿਹੜੇ ਅਸਲਾ ਲਸੰਸ ਪਹਿਲਾਂ ਬਣਿਆ ਤਾਂ ਅਸੀਂ ਜਿਹੜਾ ਉਹਨੂੰ ਰਿਨਿਊ ਨਹੀਂ ਕਰਾਂਗੇ, ਜੇ ਕੋਈ ਨਵਾਂ ਅਸਲਾ ਲਸੰਸ ਹੈ ਤਾਂ ਉਹ ਵੀ ਨਹੀਂ ਬਣਨਾ। ਮੋਰਓਵਰ ਇੱਥੋਂ ਤੱਕ ਵੀ ਹੈਗਾ ਵੀ ਜੇ ਕੋਈ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਦੀ ਜਿਹੜੀ ਰੈੱਡ ਐਂਟਰੀ ਹੋਊਗੀ, ਉਹਦੇ ਵਿੱਚ ਵਾਤਾਵਰਨ ਜਿਹੜੇ ਐਕਟ ਤਹਿਤ ਜਿਹੜਾ ਉਹਦਾ ਚਲਾਨ ਕੱਟਿਆ ਜਾਊਗਾ ਐਂਡ ਕਿਸੇ ਤਰ੍ਹਾਂ ਦਾ ਵੀ NOC ਹੈ ਜਿਹੜਾ ਉਹਨੂੰ ਜਾਰੀ ਨਹੀਂ ਹੋਊਗਾ ਜੀ। ਬਾਅਦ ਦੇ ਵਿੱਚ ਪਰੇਸ਼ਾਨੀਆਂ ਆਉਣਗੀਆਂ ਜਿਹੜੇ ਕਿਸਾਨ ਅੱਗ ਲਾਉਣਗੇ। ਜੁਰਮਾਨਾ ਵੀ ਹੈ ਜੀ 2.5 ਏਕੜ ਤੱਕ 2500 ਹੈ, ਉਸ ਤੋਂ ਉੱਪਰ ਜਿਹੜਾ ਹੈਗਾ ਅਲੱਗ ਅਲੱਗ ਸਲੈਬ ਨੇ 5000 ਹੈ। ਜਿਹੜੇ ਲੰਬੜਦਾਰ ਦੀ ਗੱਲ ਹੋ ਰਹੀ ਹੈ, ਇਹਨਾਂ ਦੀ ਕਿੰਨੀ ਜ਼ਮੀਨ ਸੀਗੀ? ਇਸ ਤਰ੍ਹਾਂ ਹੈ ਵੀ ਸਾਂਝਾ ਖਾਤਾ ਸੀ, ਕਾਫੀ ਸਾਰੀ ਜ਼ਮੀਨ ਹੈਗੀ ਹੈ, ਬਾਕੀ ਕਿਸਾਨ ਵੀ ਨਹੀਂ। ਜਿੰਨੀ ਰੇਸ਼ੋ 'ਚ ਇਹਨਾਂ ਦੀ ਜ਼ਮੀਨ ਹੋਈ ਉਹਨਾਂ ਜੁਰਮਾਨਾ ਵੀ ਲੱਗੇਗਾ, ਰੈੱਡ ਐਂਟਰੀ ਵੀ ਹੋਏਗੀ ਐਂਡ ਨੰਬਰਦਾਰੀ ਤਾਂ ਸਸਪੈਂਡ ਉਹਨਾਂ ਦੀ ਕਰ ਦਿੱਤੀ ਹੈ ਜੀ। ਮੋਰਓਵਰ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਸਰਕਾਰ ਜਿਹੜੀ ਹੈ ਪਰਾਲੀ ਨੂੰ ਅੱਗ ਨਾ ਲੱਗੇ ਇਸ ਲਈ ਬਹੁਤ ਤਤਪਰ ਹੈਗੇ ਆ, ਬੇਲਰ ਮੁਹੱਈਆ ਕਰਾ ਰਹੇ, ਜਿੰਨੀ ਵੀ ਸਾਡੇ ਕੋਲ ਕੁਆਂਟਿਟੀ 'ਚ ਬੇਲਰ ਮੁਹੱਈਆ ਹੈਗੇ ਆ ਉਹ ਦੇ ਰਹੇ ਹਾਂ ਜੀ। ਕੋਆਪਰੇਟਿਵ ਸੁਸਾਇਟੀਆਂ ਰਾਹੀਂ ਜਿਹੜਾ ਹੈਗਾ ਅਸੀਂ ਜਿੰਨੇ ਵੀ ਸੰਦ ਕੋਆਪਰੇਟਿਵ ਸੁਸਾਇਟੀਆਂ 'ਚ ਉਹ ਦੇ ਰਹੇ ਹਾਂ ਜੀ। ਮੋਰਓਵਰ ਅਸੀਂ ਇੱਕ ਨਾ DC ਸਾਹਿਬ ਦੇ ਆਦੇਸ਼ਾਂ ਅਨੁਸਾਰ DC ਦਫ਼ਤਰ ਵੱਲੋਂ ਜਿਹੜਾ ਹੈ ਇੱਕ ਚੈਟ ਬਾਕਸ ਜਿਹੜਾ ਤਿਆਰ ਕੀਤਾ ਹੈ, ਉਹਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਜੀ, 7380016070। ਉਸ 'ਤੇ ਜੇ SSA ਮਤਲਬ ਸਤਿ ਸ਼੍ਰੀ ਅਕਾਲ ਲਿਖ ਕੇ ਕੋਈ ਭੇਜੇਗਾ ਤਾਂ ਉਹ ਜਿੰਨੇ ਵੀ ਬੇਲਰ ਉਸ ਏਰੀਏ ਦੇ ਵਿੱਚ ਹੈਗੇ ਆ ਉਹਨਾਂ ਦੀ ਲਿਸਟ ਆ ਜੂ, ਉਹਨਾਂ ਦੇ ਨੰਬਰ ਹੋ ਜਾਣਗੇ ਅਤੇ ਕਿਸਾਨ ਉਹਨਾਂ ਨਾਲ ਟਾਈ ਅਪ ਕਰ ਸਕਦੇ ਆ। ਮੋਰਓਵਰ ਖੇਤੀਬਾੜੀ ਵਿਭਾਗ ਦੇ ਜਿੰਨੇ ਵੀ ਸਾਡੇ ਅਧਿਕਾਰੀ ਨੇ, ਸਾਡੇ ਕਲੱਸਟਰ ਆਫਿਸਰ ਨੇ, ਸਾਡੇ ਪਟਵਾਰੀ ਨੇ, ਉਹਨਾਂ ਨਾਲ ਟਾਈ ਅਪ ਕਰ ਲੈਣ ਜੀ। ਅਤੇ ਹੁਣ ਇਹ ਹੈ ਵੀ ਸੈਟੇਲਾਈਟ ਹੁਣ ਤਾਂ ਵੈਸੇ ਹੀ ਪਕੜ ਲੈਂਦਾ, ਜਿੱਥੇ ਵੀ ਅੱਗ ਲੱਗੀ ਹੈ ਸੈਟੇਲਾਈਟ ਪਕੜ ਲੈਂਦੇ ਨੇ, ਕੋਈ ਲੁਕੋ ਥੋੜੋ ਹੁੰਦਾ ਜੀ। ਨਹੀਂ, ਪਿੰਡ ਦਾ ਮੋਤਵਰ ਵਿਅਕਤੀ ਹੁੰਦਾ ਲੰਬੜਦਾਰ, ਜੇ ਉਹੀ ਇਸ ਤਰ੍ਹਾਂ ਕਰੂਗਾ ਤਾਂ ਫਿਰ ਹੋਰ ਪਿੰਡ ਦੇ ਆ ਵਿੱਚ ਆਉਂਦੀ ਹੈ। ਦੇਖੋ ਇਸ ਤਰ੍ਹਾਂ ਹੈ, ਜਿਵੇਂ ਹੁਣ ਮੈਂ ਸਰਕਾਰੀ ਮੁਲਾਜ਼ਮ ਹੈ, ਮੇਰੇ ਅਧੀਨ ਜਿਹੜੇ ਮੁਲਾਜ਼ਮ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਤੋਂ ਐਤਕੀ ਪੰਜਾਬ ਸਰਕਾਰ ਨੇ ਅੰਡਰਟੇਕਿੰਗ ਲਈ ਹੈ, ਸਰਪੰਚ ਨੇ, ਪੰਚ ਨੇ, ਉਹਨਾਂ ਨੂੰ ਵੀ ਪਾਬੰਦ ਕੀਤਾ ਐਂਡ ਜੇ ਕੋਈ ਸਰਪੰਚ ਅਤੇ ਪੰਚ ਖੁਦ ਆਪਣੇ ਖੇਤ 'ਚ ਅੱਗ ਲਾਊਗਾ ਤਾਂ ਉਹਨਾਂ 'ਤੇ ਵੀ ਜਿਵੇਂ ਨੰਬਰਦਾਰ ਸਾਹਿਬ 'ਤੇ ਹੋਈ ਹੈ ਕਾਰਵਾਈ, ਉਹਨਾਂ 'ਤੇ ਹੋਏਗੀ ਕਾਰਵਾਈ, ਜੋ ਸਸਪੈਂਸ਼ਨ ਹੋਏਗੀ ਜੀ, ਸਖਤ ਐਕਸ਼ਨ ਹੋਊਗਾ ਜੀ ਐਤਕੀ ਵੀ। ਐਂਡ ਜੇ ਕੋਈ ਸਾਡਾ ਮੁਲਾਜ਼ਮ ਕਰਦਾ ਪਾਇਆ ਗਿਆ ਤਾਂ ਉਹਦੇ 'ਚ ਜਿਹੜੇ ਪੰਜਾਬ ਸਿਵਲ ਸਰਵਿਸਿਜ਼ ਰੂਲ ਨੇ 1970 ਦੇ ਉਹਨਾਂ ਤਹਿਤ ਕਾਰਵਾਈ ਹੋਏਗੀ। ਦੇਖੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਵੀ ਅਸੀਂ ਜਿਹੜਾ ਇਸ ਕੰਮ 'ਚ ਸਹਿਯੋਗ ਦੇਈਏ। ਐਂਡ ਐਤਕੀ ਤਾਂ ਦੇਖੋ ਆਸੇ ਪਾਸੇ ਜਿਵੇਂ ਇੱਥੇ ਗਣੇਸ਼ ਐਡੀਬਲ ਆਇਲ ਵਾਲੇ ਨੇ, ਸਮਾਣਾ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਨੇ, ਇੱਥੇ ਤੁਹਾਡੇ ਸਰਦਾਰ ਸੋਲਵਿਕਸ ਵਾਲੇ ਨੇ ਦਲੱਦੀ ਪਿੰਡ, ਅਤੇ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਪਰਾਲੀ ਜਿਹੜੀਆਂ ਗੱਠਾਂ ਬਣਾਉਂਦੀਆਂ ਨੇ। ਐਂਡ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜਿੰਨੀਆਂ ਕੰਪਨੀਆਂ ਪਰਾਲੀ ਦੀਆਂ ਲੱਗ ਗਈਆਂ ਇਹ ਤਾਂ ਕਿਲੋਆਂ ਦੇ ਹਿਸਾਬ ਨਾਲ ਪਰਾਲੀ ਵਿਕੂਗੀ ਜੀ। ਕਿਸਾਨ ਨੂੰ ਇਹ ਸਮਝਣੀ ਚਾਹੀਦੀ ਹੈ ਗੱਲ ਜੀ ਵੀ ਸਹਿਯੋਗ ਕਰੇ ਜੀ। ਐਂਡ ਅਸੀਂ ਸਾਰੇ ਕਲੱਸਟਰ ਆਫਿਸਰ, ਸਾਰੇ ਪਟਵਾਰੀ, ਮੈਂ ਈਵਨ ਕਿ ਮੈਂ ਖੁਦ ਵੀ ਜਦੋਂ ਤੁਸੀਂ ਆਏ ਹੋ ਮੈਂ ਹੁਣੇ ਖੇਤਾਂ 'ਚੋਂ ਹੀ ਆਇਆ ਜੀ।
ਸਾਰਿਆਂ ਦਾ ਉਹ ਫਰਜ਼ ਬਣਦਾ ਵੀ ਅਸੀਂ ਪਰਾਲੀ ਨੂੰ ਨਾ ਅੱਗ ਲਾਈਏ ਜੀ। ਲੰਬੜਦਾਰ ਦਾ ਨਾਮ ਕੀ ਹੈ ਜੀ? ਲੰਬੜਦਾਰ ਦਾ ਨਾਮ ਹੈਗਾ ਸਰਦਾਰ ਕਰਨੈਲ ਸਿੰਘ ਨੇ, ਸਨ ਆਫ਼ ਸਰਦਾਰ ਧਰਮ ਸਿੰਘ ਨੇ, ਧਾਰੋਗੀ ਦੇ ਨੰਬਰਦਾਰ ਨੇ ਜੀ। ਅਤੇ ਇਹਨਾਂ ਦੀ ਮੁਅਤਲੀ ਦਾ ਹੁਕਮ ਮਾਨਯੋਗ ਉੜੀਸਾ ਵੱਲੋਂ ਜਾਰੀ ਹੋ ਗਿਆ ਜੀ। ਅਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਜੀ ਵੀ ਅਸੀਂ ਸਾਰੇ ਨਾਗਰਿਕ ਜਿਹੜੇ ਹੈਗੇ ਆ ਜੀ ਪਰਾਲੀ ਨਾ ਸਾੜੀਏ ਅਤੇ ਵਾਤਾਵਰਨ ਪ੍ਰਤੀ ਸੁਚੇਤ ਹੋਈਏ ਜੀ। ਪੁਲਿਸ ਵੀ ਕਾਰਵਾਈ ਕਰ ਰਹੀ ਹੈ ਜੀ ਨਾਲ ਨਾਲ, ਜਿਹੜੇ ਜਿੱਥੇ ਜਿੱਥੇ ਪਰਾਲੀ ਦੀ ਅੱਗ ਲੱਗ ਰਹੀ ਹੈ ਵਾਤਾਵਰਨ ਐਕਟ ਤਹਿਤ ਪਰਚਾ ਦਰਜ ਕਰ ਰਹੀ ਹੈ ਜੀ।